ਜੈ ਗੁਰੂ ਜੀ। ਸ਼ੁਕਰਾਨਾ ਗੁਰੂ ਮਹਾਰਾਜ, ਪੰਜਾਬੀ ਵਿੱਚ ਵਿਆਖਿਆ ਦੀ ਸੇਵਾ ਬਖਸ਼ਦੇ ਹੋ। ਹਮੇਸ਼ਾ ਅੰਗ ਸੰਗ ਰਹਿਣਾ ਅਤੇ ਸੇਵਾ ਵੀ ਅੰਗ ਸੰਗ ਰਹਿ ਕੇ ਕਰਵਾਉਣਾ ਗੁਰੂ ਮਹਾਰਾਜ। ਅੱਜ ਦਾ ਸ਼ਬਦ ਜਿਸ ਦੀ ਮਹਾਰਾਜ ਨੇ ਵਿਆਖਿਆ ਦੀ ਸੇਵਾ ਬਖਸ਼ੀ ਹੈ, ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 563 ਚੋਂ ਲਿਆ ਗਿਆ ਹੈ। ਸ਼ਬਦ ਹੈ ਅੰਤਰ ਜਾਮੀ ਸੋ ਪ੍ਰਭ ਪੂਰਾ ਵਿਆਖਿਆ। ਹੇ ਭਾਈ, ਪ੍ਰਭੂ ਸਾਰਿਆਂ ਦੇ ਦਿਲਾਂ ਦੀ ਜਾਣਦੇ ਹਨ ਅਤੇ ਸਾਰਿਆਂ ਦੇ ਗੁਣਾਂ ਦੇ ਜਾਣੂ ਹਨ ਕਿ ਕਿਸ ਵਿੱਚ ਕਿਹੜੇ ਗੁਣ ਹਨ ਅਤੇ ਕਿਹੜੇ ਅਵਗੁਣ। ਦਾਨ ਦੇ ਸਾਧੂ ਕੀ ਦੂਰਾ। ਹੇ ਭਾਈ, ਜਿਹਦੇ 'ਤੇ ਵੀ ਪ੍ਰਭੂ ਮਿਹਰ ਕਰ ਦਿੰਦੇ ਹਨ ਉਹ ਭਾਗਾਂ ਵਾਲਾ ਮਨੁੱਖ ਗੁਰੂ ਚਰਨਾਂ ਦੀ ਧੂਲ ਲੈ ਲੈਂਦਾ ਹੈ, ਭਾਵ ਉਹਨੂੰ ਗੁਰੂ ਚਰਨਾਂ ਦੀ ਧੂਲ ਬਖਸ਼ੀ ਜਾਂਦੀ ਹੈ। ਉਹ ਮਨੁੱਖ ਬਹੁਤ ਹੀ ਭਾਗਾਂ ਵਾਲਾ ਹੁੰਦਾ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਹੇ ਦੀਨਾਂ 'ਤੇ ਦਇਆ ਕਰਨ ਵਾਲੇ ਪ੍ਰਭੂ ਜੀ, ਮੇਰੇ ਉੱਪਰ ਵੀ ਕਿਰਪਾ ਕਰੋ ਅਤੇ ਮੈਨੂੰ ਆਪਣੇ ਚਰਨਾਂ ਦੀ ਧੂਲ ਬਖਸ਼ ਦਿਓ। ਤੇਰੀ ਓਟ ਪੂਰਨ ਗੋਪਾਲਾ। ਹੇ ਸਰਵ ਵਿਆਪਕ ਸਾਰਿਆਂ ਨੂੰ ਜਾਣਨ ਵਾਲੇ ਪ੍ਰਭੂ ਜੀ, ਗੋਪਾਲ ਪ੍ਰਭੂ ਜੀ, ਮੈਨੂੰ ਸਿਰਫ ਤੁਹਾਡੀ ਹੀ ਓਟ, ਭਾਵ ਤੁਹਾਡਾ ਹੀ ਸਹਾਰਾ ਅਤੇ ਆਸਰਾ ਹੈ। ਜਲ ਥਲ ਮਹੀਲ ਰਹਿਆ ਭਰਪੂਰ। ਹੇ ਭਾਈ, ਪ੍ਰਭੂ ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਜਗ੍ਹਾ, ਹਰ ਜਰੇ ਜਰੇ, ਹਰ ਥਾਂ 'ਤੇ ਮੌਜੂਦ ਹਨ। ਨਿਕਟ ਵਸੇ ਨਾਹੀਂ ਪ੍ਰਭ ਦੂਰ। ਗੁਰੂ ਮਹਾਰਾਜ ਪ੍ਰਭੂ ਜੀ ਹਰ ਜੀਵ ਵਿੱਚ ਵਸਦੇ ਹਨ, ਸਤੇ ਸਾਡੇ ਅੰਗ ਸੰਗ ਹਨ, ਸਾਡੇ ਤੋਂ ਦੂਰ ਨਹੀਂ ਹਨ। ਸਾਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਹੈ ਕਿ ਪ੍ਰਭੂ ਸਾਡੇ ਨਾਲ ਹੀ ਹਨ। ਜਿਸ ਨੂੰ ਨਦਰ ਕਰੇ ਸੋ ਧਿਆਏ। ਜਿਸ ਮਨੁੱਖ 'ਤੇ ਗੁਰੂ ਮਹਾਰਾਜ ਮੇਰ ਦੀ ਨਿਗਾਹ ਕਰ ਦਿੰਦੇ ਹਨ, ਉਹ ਪ੍ਰਭੂ ਦੇ ਨਾਲ ਮਨੁੱਖ ਜੁੜ ਕੇ ਉਹਨਾਂ ਦਾ ਸਿਮਰਨ ਕਰਦਾ ਰਹਿੰਦਾ ਹੈ। ਅੱਠ ਪਹਿਰ ਹਰ ਕੇ ਗੁਣ ਗਾਏ। ਉਹ ਭਾਗਾਂ ਵਾਲਾ ਮਨੁੱਖ ਅੱਠਾਂ ਪੈਰਾਂ 'ਚ ਹਰ ਵੇਲੇ ਹਰ ਵਕਤ ਉਸ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਹੀ ਕਰਦਾ ਹੈ। ਜੀ ਜੰਤ ਸਗਲੇ ਪ੍ਰਤ ਪਾਰੇ। ਹੇ ਭਾਈ, ਪਰਮਾਤਮਾ ਜਗਤ ਦੇ ਸਾਰੇ ਜੀਵਾਂ ਅਤੇ ਜੰਤੂਆਂ ਦੀ ਪਾਲਣਾ ਕਰਦਾ ਹੈ, ਭਾਵ ਉਹੀ ਹੈ ਸਭ ਨੂੰ ਪਾਲਣ ਵਾਲਾ। ਸ਼ਰਨ ਪਰਿਓ ਨਾਨਕ ਹਰ ਦੁਆਰੇ। ਨਾਨਕ ਦਾਸ ਜੀ ਕਹਿੰਦੇ ਹਨ, ਉਸ ਪ੍ਰਭੂ ਦੇ ਅੱਗੇ ਅਰਦਾਸ ਕਰਿਆ ਕਰੋ ਅਤੇ ਕਿਹਾ ਕਰੋ ਕਿ ਮੈਂ ਤੁਹਾਡੇ ਦਰ 'ਤੇ ਆਇਆ ਹਾਂ, ਮੈਨੂੰ ਆਪਣੀ ਸ਼ਰਨ 'ਚ ਲੈ ਲਓ ਅਤੇ ਆਪਣੇ ਚਰਨ ਕਮਲਾਂ ਦੀ ਧੂਲ ਬਖਸ਼ ਦਿਓ। ਅੰਤਰ ਜਾਮੀ ਸੋ ਪ੍ਰਭ ਮੇਰਾ। ਮੇਰਾ ਪ੍ਰਭੂ ਸਾਰਿਆਂ ਦੇ ਦਿਲਾਂ ਦੀ ਜਾਣਦੇ ਹਨ ਅਤੇ ਸਾਰਿਆਂ ਦੇ ਗੁਣਾਂ ਨੂੰ ਜਾਣਦੇ ਹਨ। ਦਾਨ ਦੇ ਸਾਧੂ ਕੀ ਧੂਰਾ। ਜਿਹਦੇ 'ਤੇ ਵੀ ਪ੍ਰਭੂ ਮਿਹਰ ਕਰ ਦਿੰਦੇ ਹਨ ਉਹ ਭਾਗਾਂ ਵਾਲਾ ਮਨੁੱਖ ਗੁਰੂ ਮਹਾਰਾਜ ਦੇ ਚਰਨਾਂ ਦੀ ਧੂਲ ਲੈ ਲੈਂਦਾ ਹੈ ਅਤੇ ਗੁਰੂ ਮਹਾਰਾਜ ਨਾਲ ਹਰ ਵੇਲੇ ਜੁੜ ਜਾਂਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸ਼ੁਕਰਾਨਾ ਮਹਾਰਾਜ, ਸ਼ੁਕਰਾਨਾ।